ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਅਤੇ ਕੇਵਲ ਸਮੁੱਚੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਕੋਈ ਵੀ ਕਮੇਟੀ ਨੂੰ ਨਹੀਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਰਮਜੀਤ ਸਿੰਘ ਸਰਨਾ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਦੀ ਕਮੇਟੀ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਹੱਲ ਲਈ ਸਰਬੱਤ ਖਾਲਸਾ ਬੁਲਾਉਣ ਜਾ ਰਹੀ ਹੈ ਅਤੇ ਇਹ ਸਰਬੱਤ ਖਾਲਸਾ ਨਵੰਬਰ ਮਹੀਨੇ ਦੇ ਵਿੱਚ ਬੁਲਾਇਆ ਜਾਵੇਗਾ। ਐਸੇ ਉੱਤੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਪੰਥ ਮਰਿਆਦਾ ਮੁਤਾਬਕ ਇਸ ਦਾ ਅਧਿਕਾਰ ਕੇਵਲ ਅਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਅਤੇ ਕਮੇਟੀ ਹੀ ਬੀਤੇ ਸਮੇਂ ਦੇ ਵਿੱਚ ਸਰਬੱਤ ਖਾਲਸਾ ਬੁਲਾ ਚੁੱਕੀ ਹੈ। ਉਹਨਾਂ ਸਰਨਾ ਉੱਤੇ ਵਰਦਿਆਂ ਕਿਹਾ ਕਿ ਸਰਨਾ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਨਵਾਉਣ ਦੇ ਲਈ ਅਜਿਹਾ ਕਰ ਰਹੇ ਨੇ, ਜਦਕਿ ਪਾਕਿਸਤਾਨ ਦੀ ਸਮੁੱਚੀ ਕੌਮ ਨੇ ਇਹ ਗੁਰਪੁਰਬ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਜੂਨ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਖਿਲਾਫਤ ਕਰ ਰਹੇ ਨੇ। ਚਾਹੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਪਰਮਜੀਤ ਸਿੰਘ ਸਰਨਾ ਹੈ, ਇਹਨਾਂ ਨੂੰ ਕਿਉਂਕਿ ਨਾ ਤਾਂ ਇਹ ਕੌਮ ਨੂੰ ਰਿਪ੍ਰਜੈਂਟ ਕਰਦੇ ਨੇ, ਨਾ ਸਰਨਾ ਸਾਹਿਬ ਕਿਸੇ ਜਥੇਬੰਦੀ ਨੂੰ ਰਿਪ੍ਰਜੈਂਟ ਕਰਦੇ ਨੇ, ਔਰ ਨਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਿੱਖ ਜਗਤ ਨੂੰ ਰਿਪ੍ਰਜੈਂਟ ਕਰਦੀ ਹੈ। ਔਰ ਮੈਂ ਸਮਝਦਾ ਕਿ ਉਹਨਾਂ ਦਾ ਇਹ ਬਿਆਨ ਦੇਣਾ ਹੀ ਬੜਾ ਹਾਸੋਹੀਣੀ ਵਾਲੀ ਗੱਲ ਹੈ ਕਿ ਉਹ ਸਰਬੱਤ ਖਾਲਸਾ ਨਵੰਬਰ ਦੇ ਵਿੱਚ ਬੁਲਾਉਣਗੇ ਪਾਕਿਸਤਾਨ 'ਚ। ਜਿਹੜਾ ਸਰਬੱਤ ਖਾਲਸਾ ਕੇਵਲ ਅਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬੁਲਾਉਣ ਦਾ ਅਧਿਕਾਰ ਰੱਖਦੀ ਹੈ, ਔਰ ਪਿਛਲੇ ਸਮਿਆਂ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸਰਬੱਤ ਖਾਲਸੇ ਬੁਲਾਏ ਆ ਜਾਂ ਵਿਸ਼ਵ ਸਿੱਖ ਸੰਮੇਲਨ ਕੀਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ। ਵੈਸੇ ਜਿਹੜਾ ਲੱਖਾਂ ਦੀ ਗਿਣਤੀ ਦੀਆਂ ਵੋਟਾਂ ਦੇ ਨਾਲ ਚੁਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਸਰਬੱਤ ਖਾਲਸਾ। ਔਰ ਮੈਂ ਸਮਝਦਾ ਕਿ ਜਦੋਂ ਉਹ ਸਾਰੇ ਵਰਗਾਂ ਨੂੰ, ਸਾਰੇ ਇਲਾਕਿਆਂ ਨੂੰ, ਹਰ ਸੰਸਥਾ ਨੂੰ ਉਹ ਰਿਪ੍ਰਜੈਂਟ ਕਰਦਾ, ਤਾਂ ਫਿਰ ਮੈਂ ਨਹੀਂ ਸਮਝਦਾ ਕੋਈ ਇਹੋ ਜਿਹੀ ਕੋਈ ਲੋੜ ਰਹਿ ਜਾਂਦੀ ਹੋਵੇ ਜਿਹਦੇ ਨਾਲ ਇਹਨਾਂ ਨੇ ਕੋਈ ਕੰਮ 'ਚ ਕਮੀ ਹੋਵੇ। ਕੰਮ ਤਾਂ ਸਿਰਫ ਇਹ ਹੈ ਕਿ ਅਕਾਲ ਤਖਤ ਸਾਹਿਬ ਦਾ ਨਾਨਕਸ਼ਾਹੀ ਕੈਲੰਡਰ ਦੀ ਅਵਿਰੋਧਤਾ ਕਰਦੇ ਨੇ, ਉਹਨੂੰ ਜਸਟੀਫਾਈ ਕਰਨ ਵਾਸਤੇ ਲੋਕਾਂ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾ ਦਾ ਸਬੱਬ ਬਣਦੇ ਹੈ। ਔਰ ਮੈਂ ਸਮਝਦਾ ਕਿ ਉਹ ਨਾ ਮੁਨਾਸਿਬ ਹੈ, ਨਾ ਹੀ ਉਹਨੂੰ ਸਹੀ ਕਿਹਾ ਜਾ ਸਕਦਾ, ਬਲਕਿ ਇਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੀ ਕਹੀ ਜਾ ਸਕਦੀ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।